चढ़दा तिल लैंदा पंजा, दोनों ही इमरान खान से मोहब्बत करते हैं। ऐसा सिर्फ दावा नहीं बल्कि अब तो भारतीय पंजाब से भी इमरान खान के लिए मोहब्बत भरे पैगामात आना शुरू हो गए हैं। सरहद पार से सिख ने पाकिस्तानियों के लिए एक पैगाम जारी किया है, और साथ ही साथ ये सवाल भी उठा दिया है कि जिस तरीके से आप इमरान खान की रिहाई की कोशिश कर रहे हैं, ऐसे तो इमरान खान बाहर नहीं निकल पाएगा। इस सिख ने क्या कहा, ये वीडियो देखिए। ਹੋਇਆ ਕਿ ਤੁਹਾਡੀ ਚੋਣ ਹੀ ਨਿਕਲਦੀ, ਤੁਸੀਂ ਜਾਂਦੇ ਹੋ ਰੈਲੀ ਕਰਨ ਵਾਸਤੇ, ਠੀਕ ਹੈ, ਉਹ ਕਹਿੰਦੇ ਕਿ ਨਹੀਂ ਵੜਨ ਦੇਣਾ ਅਸੀਂ ਇਸਲਾਮਾਬਾਦ, ਨਹੀਂ ਵੜਨ ਦਿੰਦੇ ਹੋ, ਠੀਕ ਹੈ, ਤੁਹਾਡੇ 'ਤੇ ਗੋਲੀਆਂ ਚਲਾਈਆਂ ਜਾਂਦੀਆਂ, ਤੁਹਾਡੇ ਹਾਲਾਤ ਇਹ ਆ ਕਿ ਇੱਕ, ਮੈਂ ਹੈਰਾਨ ਹੁੰਦਾ ਇੱਕ ਪੁਲਿਸ ਵਾਲਾ ਵੇਖ ਕੇ 5000 ਬੰਦਾ ਅਗਲੇ ਪਾਸੇ ਭੱਜ ਪੈਂਦਾ। ਕਿਹੜੇ ਤੁਸੀਂ ਜਿਹਾਦ ਕਰਨੇ ਆ ਯਾਰ, ਕਿਹੜੀਆਂ ਤੁਸੀਂ ਜੰਗਾਂ ਜਿੱਤਣੀਆਂ, ਕਿਹੜੀ ਤੁਸੀਂ ਦੁਨੀਆ ਜਿੱਤਣੀ ਆ, ਕਿਹੜੇ ਤੁਸੀਂ ਝੰਡੇ ਬੁਲੰਦ ਕਰਨੇ ਆ ਜਿਹਨੇ ਤੁਹਾਡੇ ਇਸਲਾਮ ਦੀ ਆਵਾਜ਼ ਬੁਲੰਦ ਕੀਤੀ UN 'ਚ, ਜਿਹੜਾ ਤੁਹਾਡੀ ਖਾਤਰ ਅੱਜ ਜੇਲ੍ਹ 'ਚ ਬੈਠਾ ਹੈ। ਪਰ ਤੁਸੀਂ ਯਾਰ, ਅਫਸੋਸ ਹੁੰਦਾ ਤੁਹਾਡੇ 'ਤੇ, ਉੱਠੋ ਜਾਗੋ, ਉੱਠੋ ਅਤੇ ਜਾਗੋ। ਉਹ ਸ਼ਰੇਆਮ ਤੁਹਾਨੂੰ ਦੋ ਜਰਨੈਲ ਚੈਲੇਂਜ ਕਰਦੇ ਆ। ਇਮਰਾਨ ਰਿਆਜ਼ ਖਾਨ ਬਾਰੇ ਕਿਹਾ ਸੀਗਾ ਨਾ ਕਿ ਅਸੀਂ ਤੇਰੀ ਜ਼ੁਬਾਨ ਬੰਦ ਕਰ ਦਾਂਗੇ, ਅਤੇ ਕਿੰਨੇ ਮਹੀਨਿਆਂ ਤੱਕ ਇਮਰਾਨ ਰਿਆਜ਼ ਬੋਲ ਨਹੀਂ ਸਕਿਆ। ਤੁਹਾਡੇ ਸਾਹਮਣੇ ਅਰਸ਼ਦ ਸ਼ਰੀਫ ਤੁਹਾਡਾ ਪੱਤਰਕਾਰ ਸੀਗਾ, ਜਾ ਕੇ ਕੀਨੀਆ 'ਚ ਉਹਨਾਂ ਨੇ ਕਤਲ ਕੀਤਾ। ਉਹ ਤੁਹਾਡਾ ਇੱਕ ਸਿੱਧਾ ਸਾਧਾ ਭੋਲਾ ਜਿਹਾ ਬੰਦਾ ਸੀਗਾ, ਭੁੱਲੇ ਸ਼ਾਹ ਕਿ ਉਹੀ ਨਾਂ ਸੀ ਸ਼ਾਇਦ ਉਹਦਾ, ਕਿਵੇਂ ਉਸ ਬੰਦੇ ਨੂੰ ਟੋਰਚਰ ਕੀਤਾ ਅਤੇ ਕਿਵੇਂ ਉਹਦੀ ਲਾਸ਼ ਸੜਕਾਂ 'ਤੇ ਸੁੱਟਤੀ। ਇਹ ਸਾਰਾ ਕੁਛ ਤੁਹਾਡੇ ਨਾਲ ਹੋਣਾ। ਤੁਸੀਂ, ਤੁਹਾਨੂੰ ਮਹਿਸੂਸ ਨਹੀਂ ਹੁੰਦਾ ਜਦੋਂ ਤੁਹਾਡੀਆਂ ਘਰਾਂ 'ਚੋਂ ਬੱਚੀਆਂ ਨੂੰ ਚੱਕ ਕੇ ਲੈ ਜਾਂਦੇ ਹੈਗੇ ਆ, ਠੀਕ ਹੈ, 5-7 ਜਾਣੇ ਆਉਂਦੇ ਆ ਅਤੇ ਬਾਕੀ ਸਾਰਾ ਮੁਹੱਲਾ ਸੁਸਰੀ ਵਾਂਗੂ ਸੌ ਜਾਂਦਾ, ਆ ਕੇ ਘਰ ਤੋੜ ਦਿੰਦੇ ਆ ਤੁਹਾਡੇ, ਫੜ ਫੜ ਕੇ ਲੀਡਰਾਂ ਨੂੰ ਅੰਦਰ ਕਰ ਦਿੰਦੇ ਹੈਗੇ। ਤੁਸੀਂ ਨਿਕਲਦੇ ਹੀ ਨਹੀਂ, ਤੁਸੀਂ ਬੋਲਦੇ ਹੀ ਨਹੀਂ ਯਾਰ, ਤੁਸੀਂ ਬਦਲਾ ਲੈਣ ਜੋਗੇ ਹੈ ਹੀ ਨਹੀਂਗੇ। ਜਾਗੋ ਯਾਰ, ਜਾਗੋ, ਜਾ ਕੇ ਕਬਰਾਂ 'ਚ ਵੇਖੋ, ਤੁਹਾਡੇ ਵੱਡ ਵਡੇਰੇ ਵੀ ਤੁਰ ਗਏ ਆ। ਬਚਣਾ ਇੱਥੇ ਕਿਸੇ ਨੇ ਨਹੀਂ, ਰਹਿਣਾ ਇੱਥੇ ਕਿਸੇ ਨੇ ਨਹੀਂ। ਮੌਤ ਹੀ ਆਖਰੀ ਮੰਜ਼ਿਲ ਆ, ਪਰ ਗੈਰਤ ਵਾਲੀ ਮੌਤ ਲਓ। ਕਿਉਂ ਇਹ ਬੁਜ਼ਦਲੀ ਵਾਲੀ ਮੌਤ ਮਰਦੇ ਆ? ਤੁਸੀਂ ਤਾਂ ਜੋ ਕਮਾਉਂਦੇ ਆ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ ਤੁਸੀਂ, ਇੰਨੀ ਜੋਗੇ ਨਹੀਂ ਗੇ, ਠੀਕ ਹੈ। 30-30 ਰੁਪਏ ਦੀ ਤੁਹਾਡੇ ਦੇਸ਼ 'ਚ ਰੋਟੀ ਹੈਗੀ ਆ, ਤੁਹਾਡਾ ਕੋਈ ਹਾਲ ਹੈਗਾ? ਤੁਸੀਂ ਜਿਉਂਦੇ ਹੀ ਮਰਿਆ ਅਰ ਗਿਆ, ਅਤੇ ਇਸ ਮੌਤ ਜ਼ਿੰਦਗੀ ਤੋਂ ਕਰਾਉਣਾ ਕੀ ਹੈਗਾ? ਜਾਗੋ, ਨਿਕਲੋ, ਖਾਨ ਸਾਹਿਬ ਨੂੰ ਬਾਹਰ ਲੈ ਕੇ ਆਓ ਯਾਰ, ਇੱਕ ਮਹਾਨ ਇਨਸਾਨ ਆ, ਠੀਕ ਹੈ। ਅਸੀਂ ਵੀ ਤੁਹਾਨੂੰ ਸਲੂਟ ਕਰਾਂਗੇ ਕਿ ਵਾਕਈ ਇੱਕ ਤੁਸੀਂ ਜਿੰਦਾ ਕੌਮ ਆ ਅਤੇ ਉਸ ਮਹਾਨ ਲੀਡਰ ਨੂੰ ਲੈ ਕੇ ਆਏ ਹਾਂ। ਸੋ ਵਾਹਿਗੁਰੂ ਤੁਹਾਨੂੰ ਸਮੱਤ ਬਖਸ਼ੇ, ਚੜ੍ਹਦੀ ਕਲਾ ਰੱਖੇ ਅਤੇ ਸਕਸੈਸ ਕਰੇ, ਤੁਹਾਨੂੰ ਕਾਮਯਾਬ ਕਰੇ। ਤੁਸੀਂ ਖਾਨ ਸਾਹਿਬ ਨੂੰ ਬਾਹਰ ਲੈ ਕੇ ਆਓ। ਇਸ ਗੱਲ 'ਤੇ ਨਾ ਅੜ ਜਾਓ ਕਿ ਸਾਨੂੰ ਬਸ ਪਤਾ ਲੱਗ ਜੇ ਖਾਨ ਸਾਹਿਬ ਠੀਕ ਆ ਅਤੇ ਅਸੀਂ ਘਰਾਂ 'ਚ ਵੜ ਜਾਵਾਂਗੇ। ਨਹੀਂ, ਖਾਨ ਸਾਹਿਬ ਨੂੰ ਬਾਹਰ ਲੈ ਕੇ ਆਓ। ਸਿੱਖ ਨੇ ਸਵਾਲ ਉਠਾਇਆ ਹੈ ਕਿ 25 ਕਰੋੜ ਪਾਕਿਸਤਾਨੀ ਔਰ 200 ਕਰੋੜ ਮੁਸਲਮਾਨ, ਅਗਰ ਇਹ ਸਭ ਮਿਲਕਰ ਇੱਕ ਐਸੇ ਸ਼ਖਸ ਕੋ ਜੇਲ੍ਹ ਸੇ ਨਹੀਂ ਨਿਕਲਵਾ ਸਕਤੇ ਜੋ ਅਕਵਾਮ ਮੁਤਹਿਦਾ ਮੇਂ ਖੜੇ ਹੋਕਰ ਪਾਕਿਸਤਾਨ ਔਰ ਮੁਸਲਮਾਨੋਂ ਕੇ ਝੰਡੇ ਕੋ ਬੁਲੰਦ ਕਰਤਾ ਹੈ, ਤੋ ਤਮਾਮ ਇਹਤਜਾਜ, ਧਰਨੇ, ਪਾਰਲੀਮੈਂਟ ਕੇ ਅੰਦਰ ਕਮੇਟੀਜ਼ ਕੀ ਮੈਂਬਰਸ਼ਿਪ, ਇਹ ਸਭ ਕੁਛ ਕਿਸ ਕਾਮ ਕਾ ਹੈ?